ਕਿੱਦਾਂ ਵੀਰੇ ਐਕਸਾਈਟਿਡ ਹੋ ਕੀ ਆ? ਮੈਂ ਤਾਂ ਪੂਰਾ ਤੁਹਾਨੂੰ ਦਿਖਾਉਣਾ ਮੈਂ, ਮੇਰੀਆਂ ਬਹੁਤ ਯਾਦਾਂ ਨੇ ਇੱਥੇ। ਹੁਣ ਅਸੀਂ ਆਪਣੀ ਜ਼ਿੰਦਗੀ ਦੀ ਰੇਸ ਦੇ ਵਿੱਚ ਬਹੁਤ ਅੱਗੇ ਲੰਘ ਗਏ ਹਾਂ। ਹੁਣ ਜੇ ਕਹੀਏ ਪਿੱਛੇ ਦੁਬਾਰਾ ਵਾਪਸ ਆਉਣਾ, ਉਹ ਚੀਜ਼ਾਂ ਨਹੀਂ ਹੋਣੀਆਂ ਬਾਈ। ਮੈਨੂੰ ਹੁਣ ਨਾ ਕੋਈ ਸਮਝ ਜੇ ਨਹੀਂ ਲੱਗਦੀ। ਮੇਰੇ ਕੁਛ ਪੁਰਾਣੇ ਬੰਦੇ ਹੋਰ ਸੀਗੇ ਇੱਧਰ, ਕਹਿ ਲਓ ਲਿੰਕ ਥੋੜ੍ਹੇ ਖਤਮ ਹੋ ਗਏ ਸੀਗੇ, ਸਾਰਾ ਕੁਛ ਚੇਂਜ ਹੋ ਗਿਆ ਸੀ। ਪਛਾਣਦੇ ਮੈਨੂੰ ਜਾਂ ਨਹੀਂ ਪਛਾਣਦੇ ਇਹ ਤਾਂ ਜਾ ਕੇ ਪਤਾ ਲੱਗੂ। ਅਤੇ ਜਾਂਦੇ ਹਾਂ, ਕੋਈ ਗੱਲ ਨਹੀਂ, ਫਿਰ ਮਿਲਦਾ ਤੁਹਾਨੂੰ ਮੈਂ। ਹਾਂਜੀ ਬਾਬਿਓ, ਕੀ ਹਾਲ ਚਾਲ ਆ ਮੇਰੇ ਵੀਰਾਂ ਦਾ, ਮੇਰੀਆਂ ਭੈਣਾਂ ਦਾ? ਹੋਰ ਸਾਰੇ ਵਧੀਆ ਠੀਕ ਠਾਕ ਹੋ? ਠੰਡ ਬਹੁਤ ਆ ਅਤੇ ਦੂਰ ਭਰ ਗਏ ਹੋ ਸੀ ਕਿਤੇ, ਅਤੇ ਹਰਿਆਣੇ ਵੱਲ, ਅਤੇ ਬਾਈ ਹੁਣੀ ਨਾਲ ਸੀਗੇ ਮੇਰੇ, ਅਤੇ ਇੱਧਰ ਬਠਿੰਡੇ ਵੱਲ ਆਏ ਸੀਗੇ ਜ਼ਿਲ੍ਹਾ ਕਚਹਿਰੀ। ਇੱਥੇ ਟਾਈਮ ਲੱਗ ਗਿਆ ਆਪਾਂ ਨੂੰ, ਅਤੇ ਹੁਣ ਰੁਕ ਗਏ ਹਾਂ। ਜਿੱਦਾਂ ਕਿ ਮੈਂ ਕਿਹਾ ਚਲੋ ਇੱਕ ਛੋਟਾ ਜਿਹਾ ਬਲੌਗ ਪਾ ਦਿੰਦੇ ਹਾਂ, ਕੀ ਕਰਨਾ ਵਿਹਲਿਆਂ ਨੇ ਹੋਰ। ਅਤੇ ਹੋਰ ਸੁਣਾਓ ਮੇਰਾ ਵੀਰ, ਠੀਕ ਆ? ਸਾਰੇ ਵਧੀਆ, ਮੇਰੀਆਂ ਭੈਣਾਂ ਵਧੀਆ ਨੇ। ਅਤੇ ਕੋਈ ਆਪਣੀ ਵੀ ਗੱਲਬਾਤ ਸ਼ੇਅਰ ਕਰ ਦਿਆ ਕਰੋ, ਕਿੱਦਾਂ ਦੀ ਗੱਲਬਾਤ ਚਾਹੁੰਦੇ ਆ ਤੁਸੀਂ। ਅਤੇ ਬਾਕੀ ਮੈਂ ਕਿਹਾ ਹੁਣ ਮੈਂ ਇੱਥੇ ਦਮਦਮਾ ਸਾਹਿਬ ਨੇ, ਅਤੇ ਇੱਥੇ ਦੀ ਸਟੋਰੀ ਵੀ ਦੱਸੂੰਗਾ ਜੋ ਮੇਰੇ ਨਾਲ ਬਹੁਤ ਘੈਂਟ ਵਾਲੀ ਚੀਜ਼ ਹੋਈ ਹੋ ਸੀ, ਘੈਂਟ ਕੀ ਮੈਨੂੰ ਖਿਲਾਤਾ ਸੀ ਜਿਹਨੇ। ਅਤੇ ਬਾਕੀ ਉੱਥੇ ਤੁਹਾਨੂੰ ਮੱਥਾ ਵੀ ਟਿਕਾਊਂਗਾ, ਮੇਰੀ ਕੋਸ਼ਿਸ਼ ਆ ਕਿ ਸ਼ਾਇਦ ਮਨ ਬਹੁਤ ਆ, ਜਿੱਦਾਂ ਮੈਂ ਅੱਜ ਉੱਥੇ ਗਈ ਉੱਧਰ ਹੀ ਜਾਵਾਂ, ਉੱਥੇ ਰਵਾਂ। ਬਾਕੀ ਹੁਣ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕਿੱਦਾਂ ਬਣਦੀ ਆ। ਕਚਹਿਰੀ ਤਾਂ ਤੁਹਾਨੂੰ ਦਿਖਾ ਦਿੰਦਾ ਮੈਂ। ਲਓ ਜੀ ਵੀਰੇ ਮਜ਼ਾ ਆ ਗਿਆ, ਪਹੁੰਚ ਗਏ ਹਾਂ। ਬਾਕੀ ਤੁਹਾਨੂੰ ਦਿਖਾਉਂਦੇ ਹਾਂ, ਇਹ ਮੇਰੀਆਂ ਪੁਰਾਣੀਆਂ ਬਹੁਤ ਯਾਦਾਂ ਜੁੜੀਆਂ ਇੱਥੇ, ਬਹੁਤ ਜ਼ਿਆਦਾ। ਤੁਹਾਨੂੰ ਮੈਂ ਦੱਸੂੰਗਾ ਹੌਲੀ ਹੌਲੀ ਹਿਸਾਬ ਤਾਂ। ਅਤੇ ਆਪਾਂ ਚੱਲਦੇ ਹਾਂ ਹੁਣ ਅੱਗੇ ਅੱਗੇ ਹੌਲੀ ਹੌਲੀ। ਸੁਨਮ ਸਾਨ ਆ, ਰਾਤ ਦੇ ਤਕਰੀਬਨ ਮੇਰੇ ਹਿਸਾਬ ਨਾਲ ਸਾਢੇ ਗਿਆਰਾਂ ਬਾਰਾਂ ਵੱਜ ਗਏ ਆ, ਕੋਈ ਨਹੀਂ ਹੈਗਾ, ਦੇਖਦੇ ਹਾਂ ਹੁਣ ਕੀ ਜਗਾੜ ਬਣਦਾ ਆਪਣਾ। ਮੇਰੇ ਹਿਸਾਬ ਨਾਲ ਇਹ ਹੀ ਆ, ਇੱਥੇ ਆਪਾਂ ਰਹੀਦਾ ਹੁੰਦਾ ਸੀ ਜਦੋਂ ਆਈਦਾ ਸੀ ਨਾ, ਇੱਥੇ ਰਹਿੰਦੇ ਹੁੰਦੇ ਸੀਗੇ। ਹੁਣ ਦੇਖਦੇ ਹਾਂ ਕਿੱਦਾਂ ਅੰਦਰ ਕੀ ਹਿਸਾਬ ਕਿਤਾਬ। ਲਓ ਜੀ ਵੀਰੇ, ਆਹ ਐਂਟਰੈਂਸ ਹੁੰਦੀ, ਇੱਥੇ ਹੀ ਰਹੀਦਾ ਹੁੰਦਾ ਸੀ। ਹੁਣ ਦੇਖਦੇ ਹਾਂ ਕੀ ਮਾਹੌਲ ਆ, ਆਏ ਨਹੀਂ ਬਹੁਤ ਟਾਈਮ ਹੋ ਗਿਆ। ਹੁਣ ਤਾਂ ਆਉਂਦੇ ਹੀ ਆਪਣੇ ਹੁਸ਼ਿਆਰਪੁਰ ਦਾ ਮੁੰਡਾ ਮਿਲ ਗਿਆ ਇੱਕ, ਇੱਥੇ ਕੋਈ ਨਾ ਕੋਈ ਟੱਕਰੇ ਜਾਂਦਾ ਭਰਾ ਆਪਣਾ। ਲਓ ਤਾਂ ਸੁੱਤੇ ਪਏ ਆ ਸਾਰੇ, ਦੇਖਦੇ ਹਾਂ ਹੁਣ ਕੀ ਮਾਹੌਲ ਆ, ਦੇਖਦੇ ਗੱਲਬਾਤ ਕਰਦੇ ਹਾਂ ਰੂਮ ਦੀ, ਜਾਂ ਗੱਡੀ 'ਚ ਸੌਣਾ ਪੈਣਾ, ਦੇਖਦੇ ਹਾਂ। ਲਓ ਜੀ, ਹਜੇ ਗੱਲਬਾਤ ਬਣੀ ਨਹੀਂ ਆ, ਵੀਰ ਮਦਦ ਲਈ ਆਇਆ, ਕਹਿੰਦਾ ਕੋਈ ਗੱਲ ਨਹੀਂ ਲੱਭ ਦਿੰਦੇ ਹਾਂ ਕਮਰਾ ਪਾਠੀ ਸਾਹਿਬ ਦਾ, ਇਹ ਇੱਥੇ ਹੀ ਆ ਮੁੰਡਾ। ਅਤੇ ਬਾਕੀ ਹੁਣ ਦੇਖਦੇ ਹਾਂ ਪਾਠੀ ਸਾਹਿਬ ਤੋਂ ਗੱਲਬਾਤ ਕਰਦੇ ਹਾਂ। ਦੇਖ ਲਓ ਦੋ ਭਾਈ ਆ ਗਏ ਮਦਦ ਲਈ, ਉਹ ਦੇਖੋ ਵੀ ਪਹੁੰਚ ਗਿਆ ਬਾਈ, ਚੱਲੀਏ ਫਿਰ। ਕਾਰ ਪਾਰਕਿੰਗ, ਲਓ ਜੀ ਬਾਬਿਓ ਪਾਰਕਿੰਗ ਵਾਲੀ ਜਗ੍ਹਾ, ਬਸ ਉੱਥੇ ਸਰਾਂ ਵਾਲੇ ਪਾਸੇ ਪਹੁੰਚ ਗਏ, ਥੱਲੇ ਪਾਰਕਿੰਗ ਆ। ਲਓ ਤਾਂ ਪਾਰਕਿੰਗ ਲੱਭ ਲਈਏ ਮਾੜੀ ਜੀ, ਚਲੋ ਇੱਧਰ। ਲਓ ਜੀ ਬਾਬਿਓ, ਆਹ ਲੱਭ ਗਈ ਪਾਰਕਿੰਗ, ਇੱਥੇ ਲਾ ਦਿਓ ਗੱਡੀ ਅਤੇ ਚਲੋ। ਗੱਡੀ ਲਾ ਤੀ, ਆਹ ਦੋ ਫੋਰਚੂਨਰਾਂ ਦੇ ਵਿੱਚ ਲਾ ਤੀ ਗਰੀਬ ਦੀ ਗੱਡੀ। ਲਓ ਜੀ, ਪਰ ਸਲਾਹ ਦੇਖੋ ਤੁਸੀਂ, 5-star ਹੋਟਲ ਤੋਂ ਘੱਟ ਨਹੀਂ ਯਾਰ, ਦੇਖੋ ਲਿਫਟ ਵੀ ਆ,
ਸਾਰਾ ਪੁੱਛ ਗਿੱਛ ਹੈ ਨਹੀਂ ਅਜੇ ਦੇਖਦੇ ਹਾਂ ਨੰਬਰ ਲਿਖਿਆ ਤੁਸੀਂ ਵੀ ਆਓ ਭਾਵੇਂ ਫੋਨ ਕਰਕੇ ਆਓ ਜਿੱਦਾਂ ਮਰਜ਼ੀ ਆਓ ਮੈਂ ਕਰਕੇ ਪੁੱਛਦਾ ਸਤਿ ਸ਼੍ਰੀ ਅਕਾਲ ਬਾਬਾ ਜੀ ਬਾਬਾ ਜੀ ਕੋਲ ਆਏ ਹਾਂ ਹੁਣ ਤੁਸੀਂ ਬਾਕੀ ਦੇਖ ਹੀ ਲਓ ਸਾਰੇ ਪਾਸੇ ਬਹੁਤ ਵਧੀਆ ਵੀਰੇ ਹੋਟਲ ਲਾ ਲਓ ਨਾ ਸਰਾਂ ਦੇ ਵਿੱਚ ਰੁਕੋ ਦੇਖੋ ਕਿੰਨੀ ਵਧੀਆ ਆ ਜ਼ਿਆਦਾ ਨਹੀਂ 500 ਰੁਪਇਆ ਰੈਂਟ ਆ ਅਤੇ 1000 ਰੁਪਇਆ ਸਿਕਿਉਰਟੀ ਆ 500 ਤੁਹਾਨੂੰ ਮੋੜ ਦੇਣਾ 500 ਰੈਂਟ ਲੈਣਾ ਅਤੇ ਤੁਸੀਂ ਰੁਕੋ ਬੜਾ ਵਧੀਆ ਸਾਰਾ ਕੁਛ ਆ ਗੀਜ਼ਰ ਲੱਗਾ ਆ ਕਿਸੇ ਹੋਟਲ ਨਾਲੋਂ ਨਾ ਕੋਈ ਖਰਾਬੀ ਨਾ ਕੁਛ ਗੁਰੂ ਘਰ ਸਵੇਰੇ ਦਰਸ਼ਨ ਕਰੋ ਇਸ਼ਨਾਨ ਕਰਕੇ ਉਹ ਸਾਹਮਣੇ ਰਿਹਾ 102 ਲਓ ਜੀ ਬੰਦ ਬੜਾ ਵਧੀਆ ਰੂਮ ਕੰਬਲ ਏਸੀ ਸਾਰਾ ਕੁਛ ਆ ਬਾਕੀ ਆ ਜੋ ਚੀਜ਼ ਚਾਹੀਦੀ ਸਿੰਕ ਡਟੋਲ ਬਾਥਰੂਮ ਸ਼ੀਸ਼ਾ ਸਾਰਾ ਬੜਾ ਵਧੀਆ ਯਾਰ ਆਹ ਦਰਵਾਜ਼ਾ ਕਾਹਦਾ ਇਹ ਵੀ ਦੇਖ ਲੈਂਦੇ ਯਾਰ ਲਓ ਜੀ ਲਓ ਇੱਦਾਂ ਬਾਹਰ ਆ ਕੇ ਜਿਵੇਂ ਮਰਜ਼ੀ ਕਿਆ ਬਾਤ ਹੈ ਬਾਕੀ ਵੀਰੇ ਹੁਣ ਸਾਡਾ ਫਰਜ਼ ਇਹ ਹੀ ਆ ਇਹਨੂੰ ਸਾਫ਼ 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 ਰੱਖਣਾ ਨਾ ਕਿ ਗੰਦ ਪਾਉਣਾ ਇੱਥੇ ਆ ਕੇ ਬਾਬੇ ਉਹ ਇੱਕ ਚੱਕਰ ਪੈ ਗਿਆ ਹੋਰ ਚਾਰਜਰ ਰਹਿ ਗਿਆ ਗੱਡੀ 'ਚ ਉਸਤਾਦ ਕੀ ਕੀਤਾ ਜਾਵੇ ਹੁਣ ਹਿੰਮਤ ਮਾਰੀ ਜਾਵੇ ਜਾਂ ਨਾ ਮਾਰੀ ਜਾਵੇ ਪਰ ਇਹ ਚੀਜ਼ ਇੱਦਾਂ ਦੀ ਆ ਮਾਰਨੀ ਪੈਣੀ ਪੈਣੀ ਆ ਚਲੋ ਉੱਠਦੇ ਹਾਂ ਅਤੇ ਕੁਛ ਮਾੜਾ ਮੋਟਾ ਖਾਣ ਨੂੰ ਜਾਂ ਜੂਸ ਵਗੈਰਾ ਲੈ ਕੇ ਆਉਣਾ ਗੱਡੀ ਪਿਆ ਭੁੱਖ ਵੀ ਬੜੀ ਲੱਗ ਗਈ ਯਾਰ ਗੱਡੀ ਦੂਰੋਂ ਤੁਰੇ ਹੋ ਸੀਗੇ ਹੁਣ ਪਹੁੰਚੇ ਹਾਂ ਬਾਕੀ ਮਿਲਦੇ ਹਾਂ ਕੋਈ ਨਹੀਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਬਾਬਾ ਦੇਖ ਲਓ ਆਹ ਮਿਲਿਆ ਕੀ ਕਰ ਲੈਣਾ ਹੋਰ ਗੱਡੀ 'ਚੋਂ ਆਹ 10 ਗ੍ਰਾਮ ਪ੍ਰੋਟੀਨ ਵਾਲਾ ਸੌਦਾ ਮਿਲ ਗਿਆ ਆਹ ਮਾਜ਼ਾ ਸੀਗੀ ਆਹ ਪਫਕੋਰਨ ਸੀ ਇੱਕ ਪਾਣੀ ਦੀ ਬੋਤਲਾਂ ਦੀ ਪੇਟੀ ਪਈ ਉਹ ਸੀ ਇੱਕ ਬੋਤਲ ਕੱਢ ਲਿਆ ਹਾਂਜੀ ਗੁੱਡ ਮਾਰਨਿੰਗ ਜੀ ਉੱਠ ਗਏ ਬਸ ਗੱਡੀ ਵੱਲ ਚੱਲਣਾ ਹੁਣ ਗੱਡੀ 'ਚ ਸਮਾਨ ਸਮੂਨ ਰਹਿ ਗਿਆ ਯਾਰ ਜੀ ਇਹ ਬਹੁਤ ਚੱਕਰ ਆ ਚੇਤਾ ਭੁੱਲ ਜਾਂਦਾ ਬਾਕੀ ਦੇਖਦੇ ਹਾਂ ਨਾ ਧੋ ਕੇ ਕੀ ਕਰਨਾ ਅਜੇ ਕੁਛ ਸਮਝ ਨਹੀਂ ਆਉਂਦਾ ਸੋਚਦੇ ਹਾਂ ਲਓ ਜੀ ਵੀਰੇ ਗੁੱਡ ਮਾਰਨਿੰਗ ਹੋ ਗਈ ਆ ਵਧੀਆ ਵਾਲੀ ਨਹਾ ਧੋ ਲਿਆ ਤਿਆਰ ਹੋ ਗਏ ਬਾਬਾ ਜੀ ਕੋ ਆ ਗਏ ਇੱਥੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਪਿੱਛੇ ਆਪਣੇ ਚੱਲਦੇ ਹਾਂ ਬਾਬਾ ਜੀ ਦੇ ਦਿਖਾਉਂਦੇ ਹਾਂ ਜਿੱਥੇ ਬਾਬਾ ਜੀ ਨੇ ਨਾ ਪਗੜੀ ਸਹੀ ਕੀਤੀ ਸੀਗੀ ਆਪਣੀ ਅਤੇ ਉੱਥੇ ਕਹਿ ਲਓ ਜਿਹੜੇ ਮਤਲਬ ਅੰਗ ਰਹਿ ਜਾਂਦੇ ਨਾ ਉੱਥੇ ਆ ਕੇ ਉਹ ਸ਼ੀਸ਼ਾ ਲੱਗਾ ਆ ਅਤੇ ਉੱਥੇ ਮਾਨਤਾ ਇੱਥੇ ਇਹ ਆ ਕਿ ਸਹੀ ਹੋ ਜਾਂਦਾ ਬੰਦਾ ਬਾਕੀ ਤੁਹਾਨੂੰ ਮੈਂ ਦਿਖਾਉਂਦਾ ਉੱਥੇ ਸਾਰੀ ਚੀਜ਼ ਦਿਖਾਉਂਦਾ Bye.
ਮੈਨੂੰ ਤਾਂ ਹਫ਼ਤਾ ਸਾਰਾ ਲਊਗਾ ਚੱਲ ਲਓ ਵੀਰੇ ਤੁਹਾਨੂੰ ਨਾ ਇਤਿਹਾਸ ਦੇ ਨਾਲ ਰੂਬਰੂ ਕਰਾਉਣਾ ਹੁਣੇ ਮਤਲਬ ਤੁਸੀਂ ਪੜ੍ਹ ਲਈਓ ਮੈਂ ਛੋਟਾ ਜਿਹਾ ਪਾਠ ਪਾਇਆ ਬਟ ਤੁਸੀਂ ਨਾ ਰੋਕ ਕੇ ਪੜ੍ਹ ਲਈਓ ਸਾਰਾ ਇਤਿਹਾਸ ਲਿਖਿਆ ਇੱਥੇ ਦਾ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੱਤਾ ਸੀਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਆਪਣੀ ਪੱਗ ਸਿੱਧੀ ਕੀਤੀ ਸੀ ਤਾਂ ਹੁਣ ਜਿਨ੍ਹਾਂ ਦੇ ਅੰਗ ਰਹਿ ਜਾਂਦੇ ਜਾਂ ਕਿੱਦਾਂ ਉਹੀ ਸ਼ੀਸ਼ੇ 'ਤੇ ਮੈਂ ਤੁਹਾਨੂੰ ਸ਼ੀਸ਼ਾ ਦਿਖਾਇਆ ਜਿਹੜਾ ਉਹੀ ਸ਼ੀਸ਼ੇ ਦੇ ਅੱਗੇ ਜਾ ਕੇ ਉਹ ਵੀ ਆਪਣਾ ਮਤਲਬ ਸੈੱਟ ਕਰਦੇ ਆ ਅਤੇ ਪਰਮਾਤਮਾ ਦੀ ਦਇਆ ਹੋ ਜਾਂਦੀ ਹੈ ਬਾਕੀ ਹੁਣ ਤੁਸੀਂ ਆ ਇਤਿਹਾਸ ਸਾਰਾ ਪੜ੍ਹ ਲਿਓ ਤੁਹਾਨੂੰ ਆਪੇ ਸਮਝ ਲੱਗ ਜਾਣੀ ਸਾਰੀ ਸਫਾਈ ਦੇਖੋ ਯਾਰ ਦੇਖੋ ਸਫਾਈ ਗੁਰੂ ਘਰ ਆ ਕੇ ਉੱਦਾਂ ਹੀ ਮਨ ਪ੍ਰਸੰਨ ਹੋ ਜਾਂਦਾ
आई थिंक मैं सही आना पिया। मैं तुहानू एक चीज दिखानी बहुत खास, उत्थे जाके फिर मैं गलबात करूंगा तुहाडे नाल। मैं जाना तो मेरे हिसाब ना सही पिया, हुण आए नूं भी बहुत टाइम हो गया, बाकी देखते हैं। हुण मेरे हिसाब नाल यही आ स्कूल, ओह बाकी जाने अंदर देखते हैं एंट्री दे विच किदां हुंदी की गलबात, कोई रोक टोक जां कुछ। न्याणे ऐश पूरे कर रहे हैं, क्या बात। पार्किंग आ रही, किदां वीरे एक्साइटेड हो की आ? मैं तां पूरा तुहानूं दिखाना, मैं मेरियां बहुत यादां ने इत्थे। दिस रहा कुछ? मैनूं तां सब कुछ दिस रहा, इत्थे पुराना टाइम ही याद आ गया। करदे तुसीं वी गेम? बॉक्सिंग? वेरी गुड यार, मैं इत्थे तुहाडे खेल के गया। अच्छा, जित के गया ही इत्थों मैं। कॉम्पीटिशन चलदे आ दोबारा? चलो आओ दर्शन कर लैने यार अंदर। होर मेरा भरा, लो जी वीरो करो चेक, लो यादा ताजिया हो गई। अज वीरे किहड़े पेड़ च खेलदे फिर? 53-57 अच्छा 53 चलो वधिया वधिया, मेहनत लगदी वधिया, चलो वधिया। पावर पंचा ते है ध्यान रखो, जय हो। मेरे वीरां दा की हाल आ, मेरियां भैणां दा की हाल आ? वधिया, अज तुहानूं बठिंडे शहर दे विच अपणियां पुरानियां यादां ताजियां करातियां, मैं अपणियां वी कर लईआं ते तुहानूं वी बड़ा वधिया लगदा होणा क्योंकि मेरियां बहुत यादां सी इत्थे। ਮੈਨੂੰ ਦੇਖ ਕੇ ਇੰਨਾ ਕੁ ਵਧੀਆ ਹੋਇਆ ਨਾ ਫੀਲ ਇੱਥੇ, ਤੁਸੀਂ ਤਾਂ ਮੈਂ ਤੁਹਾਨੂੰ ਦੱਸ ਹੀ ਸਕਦਾ ਕਿ ਮਤਲਬ ਕੀ ਫੀਲਿੰਗ ਆ ਰਹੀ ਆ ਮੈਨੂੰ, ਕਿਉਂਕਿ ਇਹ ਚੀਜ਼ਾਂ ਨਹੀਂ ਮਿਲਣੀਆਂ। ਹੁਣ ਜੇ ਅਸੀਂ ਕਹੀਏ ਆਪਾਂ ਪੁਰਾਣੇ ਟਾਈਮ ਦੇ ਵਿੱਚ ਚੱਲ ਜਾਣਾ, ਉਹ ਨਹੀਂ ਜਾ ਸਕਦੇ। ਹੁਣ ਅਸੀਂ ਆਪਣੀ ਜ਼ਿੰਦਗੀ ਦੀ ਰੇਸ ਦੇ ਵਿੱਚ ਬਹੁਤ ਅੱਗੇ ਲੰਘ ਗਏ ਹਾਂ। ਹੁਣ ਜੇ ਕਹੀਏ ਪਿੱਛੇ ਦੁਬਾਰਾ ਵਾਪਸ ਆਉਣਾ, ਉਹ ਚੀਜ਼ਾਂ ਨਹੀਂ ਹੋਣੀਆਂ। ਬਾਕੀ ਦੇਖੋ ਆ ਰਿੰਗ, ਇਹ ਰਿੰਗ ਸੀ ਇੱਥੇ, ਸਾਰਾ ਕੁਛ ਮੈਡਲ ਪਿਆ ਸੀ ਇੱਥੇ, ਸਟੇਟ ਲੈਵਲ 'ਤੇ ਕੰਪੀਟੀਸ਼ਨ ਕਰਵਾਇਆ ਸੀ ਅਤੇ ਉਦੋਂ ਆਏ ਸੀ ਆਪਾਂ ਇੱਥੇ। ਅਤੇ ਇੱਕ ਵਾਰੀ ਤਾਂ ਐਵੇਂ ਆਏ ਸੀ, ਉਦੋਂ ਮੈਡਲ ਪਿਆ ਸੀਗਾ। ਇੱਕ ਵਾਰੀ ਮੈਂ ਆਇਆ ਸੀ, ਮੈਡਲ ਉਦੋਂ ਵੀ ਪੈ ਗਿਆ ਸੀ, ਬਟ ਮੇਰਾ ਉਦੋਂ ਮੋਢਾ ਟੁੱਟ ਗਿਆ ਸੀ ਇੱਥੇ ਇਸੇ ਰਿੰਗ ਦੇ ਵਿੱਚ। ਅੱਜ ਉਹੋ ਹੀ ਰਿੰਗ 'ਤੇ ਖੜ੍ਹਾ ਆ, ਇਹੀ ਰਿੰਗ ਦੇ ਵਿੱਚ ਮੋਢਾ ਟੁੱਟ ਗਿਆ, ਮੈਨੂੰ ਚੇਤਾ ਹਜੇ ਵੀ। ਇੱਧਰ ਆ ਖੁੱਲ੍ਹਾ ਹੁੰਦਾ ਸੀ, ਆ ਪਿੱਛੇ ਕੁਛ ਨਹੀਂ ਹੁੰਦਾ ਸੀ, ਆਹ ਨਹੀਂ ਕੋਈ ਸੈਟਿੰਗ ਨਹੀਂ ਸੀ, ਐਵੇਂ ਹੀ ਮਿਲਦੇ ਹੁੰਦੇ ਸੀ ਸਾਰੇ। ਅਤੇ ਪਰ ਮੈਨੂੰ ਅੱਜ ਇੰਨਾ ਕੁ ਖੁਸ਼ ਹਾਂ ਨਾ, ਮੈਂ ਆਪਣੀ ਜਗ੍ਹਾ 'ਤੇ ਆ ਕੇ ਮਜ਼ਾ ਆ ਗਿਆ ਯਾਰ, ਸ਼ੁਕਰੀਆ। ਓਕੇ, ਭੁੱਖ ਲੱਗੀ ਆ, ਫਿਰ ਵੀ ਆਪਣੇ ਰਿੰਗ ਨੂੰ ਦੇਖ ਕੇ ਨਾ ਐਨਰਜੀ ਆ ਗਈ, ਨਹੀਂ ਤਾਂ ਬੋਲਿਆ ਨਹੀਂ ਜਾਂਦਾ ਹੁੰਦਾ ਮੇਰੇ ਕੋਲ ਚਾਜਰਾਂ ਜਦੋਂ ਮੈਨੂੰ ਭੁੱਖ ਲੱਗੀ ਹੋਵੇ। ਅਤੇ ਬਾਕੀ ਕੋਈ ਗੱਲ ਨਹੀਂ, ਹੁਣ ਖਾ ਪੀ ਕੇ ਫਿਰ ਗੱਲਬਾਤ ਕਰਦੇ ਹਾਂ। ਬਾਈ ਮੈਨੂੰ ਹੁਣ ਨਾ ਕੋਈ ਸਮਝ ਜਿਹੀ ਨਹੀਂ ਲੱਗਦੀ, ਮੇਰੇ ਕੁਛ ਪੁਰਾਣੇ ਬੰਦੇ ਹੋਰ ਸੀਗੇ ਇੱਧਰ, ਕਹਿ ਲਓ ਲਿੰਕ ਲੁੰਕ ਥੋੜ੍ਹੇ ਖਤਮ ਹੋ ਗਏ ਸੀਗੇ, ਸਾਰਾ ਕੁਛ ਚੇਂਜ ਹੋ ਗਿਆ ਸੀ। ਮੈਂ ਸੋਚਦਾ ਮੈਂ ਪਿੰਡ ਦਾ ਨਾਂ ਨਹੀਂ ਲੈਣਾ, ਅਤੇ ਇੱਥੋਂ 10 ਕਿਲੋਮੀਟਰ ਮੇਰੇ ਹਿਸਾਬ ਨਾਲ 8-10 ਕਿਲੋਮੀਟਰ ਉਹਨਾਂ ਦਾ ਕਾਫੀ ਪਿਆਰ ਸੀ ਮੇਰਾ, ਦੇਖਦੇ ਅੱਜ ਮਤਲਬ ਬਹੁਤ ਸਾਲ ਹੋ ਗਏ। ਮਨ ਕਰਦਾ ਜਾਇਆਵਾਂ, ਮਨ ਕਰਦਾ ਨਾ ਜਾਵਾਂ, ਮੈਨੂੰ ਕੋਈ ਸਮਝ ਨਹੀਂ ਲੱਗਦਾ। ਹੁਣ ਜਾਂ ਤਾਂ ਤੁਸੀਂ ਗੱਲਬਾਤ ਕਰਦੇ ਹੁੰਦੇ, ਤੁਹਾਡੀ ਸਲਾਹ ਲੈ ਲੈਣੀ ਸੀ ਮੈਂ, ਹੁਣ ਕਨਫਿਊਜ਼ ਹਾਂ ਮੈਂ, ਦੇਖਦਾ ਕੀ ਕਰਦਾ, ਜਾ ਹੀ ਜਾਂਦਾ, ਨਹੀਂ ਤਾਂ ਮਿਲਦੇ ਪੁਰਾਣੇ ਬੰਦਿਆਂ ਨੂੰ ਦੇਖਦੇ ਪਛਾਣਦੇ ਮੈਨੂੰ ਜਾਂ ਨਹੀਂ ਪਛਾਣਦੇ, ਇਹ ਤਾਂ ਜਾ ਕੇ ਪਤਾ ਲੱਗੂ। ਅਤੇ ਜਾ ਆਉਂਦੇ ਹਾਂ, ਕੋਈ ਗੱਲ ਨਹੀਂ, ਫਿਰ ਮਿਲਦਾ ਤੁਹਾਨੂੰ ਮੈਂ। ਬਾਬਿਓ ਪਿੰਡ ਤੱਕ ਇਹ ਪਹੁੰਚ, ਹੁਣ ਦੇਖਦੇ ਹਾਂ ਬਾਈ ਮਿਲਦਾ ਜਾਂ ਨਹੀਂ ਮਿਲਦਾ, ਕਿੱਥੇ ਆ ਕਿੱਥੇ ਨਹੀਂ। ਬਾਈ ਦੀ ਕੋਠੀ ਮੋੜੇ ਖੜਾ ਮੈਂ, ਤੇ ਬਾਈ ਹੁਣੀ ਹੈ ਨੀ, ਉਹ ਬਾਈ ਦੀ ਤਰੀਕ ਸੀਗੀ, ਉਧਰ ਹੀ ਗਿਆ।
ਤੇ ਬਾਕੀ ਮੈਂ ਕਾਲ ਲੱਗਾ ਕਰਨ ਫਿਰ ਦੇਖਦੇ ਹਾਂ ਕਿੱਦਾਂ ਹੁੰਦਾ। ਬਾਈ ਨੂੰ ਫੋਨ ਕੀਤਾ ਸੀਗਾ ਤੇ ਬਾਈ ਹੁਣੀ ਤਰੀਕ ਤੇ ਆ ਉੱਧਰ ਹੀ ਤੇ ਕਹਿੰਦੇ ਮੈਂ ਬਸ ਆ ਜਾਣਾ ਥੋੜੇ ਟਾਈਮ ਤਾਂ ਹੀ ਜਾਈ ਨਾ। ਮੈਂ ਕਿਹਾ ਮੈਨੂੰ ਨਿਕਲ ਲੈਣ ਤੋਂ ਬਹੁਤ ਦੂਰ ਜਾਣਾ। ਕਹਿੰਦੇ ਨਹੀਂ ਮਿਲ ਕੇ ਜਾਣਾ, ਬੜੇ ਸਾਲਾਂ ਬਾਅਦ ਕਿਤੇ ਮਿਲਣ ਲੱਗੇ ਹਾਂ, ਘੰਟਾ ਕੁ ਮਸੀਂ ਲੱਗਣਾ। ਕਹਿੰਦੇ ਆ ਗਏ ਆਪਾਂ ਹੁਣ ਰਸਤੇ ਦਾ ਰੱਖਿਆ ਕਿ ਰਸਤੇ ਦੇ ਵਿੱਚ ਟਾਕਰੇ ਕਰਦੇ ਹਾਂ, ਉੱਥੇ ਰੁਕਦੇ ਹਾਂ ਇੱਕ ਜਗ੍ਹਾ ਕਿਤੇ ਆਪਣੀ ਤੇ ਬਾਈ ਨੂੰ ਮਿਲਦੇ ਹਾਂ। ਫਿਰ ਬਾਈ ਕਹਿੰਦਾ ਜਾਈ ਨਾ, ਇੱਦਾਂ ਜਾਣਾ ਨਹੀਂ। ਪਿਆਰ ਦੀ ਗੱਲ ਆ ਯਾਰ, ਜਿਹੜੇ ਬੰਦੇ ਪੁਰਾਣੇ ਆ ਪਿਆਰ ਕਰਦੇ ਆ ਉਹ ਅੱਜ ਵੀ ਕਰਦੇ ਆ। ਬਾਕੀ ਕੋਈ ਗੱਲ ਨਹੀਂ, ਮਿਲਦੇ ਹਾਂ ਬਾਈ ਨਾਲ, ਤੁਹਾਨੂੰ ਮਿਲਾਉਂਦੇ ਹਾਂ। ਇਹ ਬਾਈ ਹੁਣੀ ਪਹੁੰਚ ਗਏ, ਬਾਈ ਆ ਗਿਆ ਲੈ। ਉਹ ਬੱਲੇ 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 ਬਾਈ ਪਹੁੰਚ ਗਏ ਹੈ। ਮੈਂ ਕਿਹਾ ਬਾਈ ਪਹੁੰਚ ਹੀ ਗਿਆ। ਓਕੇ ਬਾਏ ਬਾਏ, ਮਿਲਦੇ ਹਾਂ ਫਿਰ ਜਲਦੀ। ਓਕੇ ਜੀ, ਓਕੇ ਓਕੇ, ਥੈਂਕ ਯੂ ਥੈਂਕ ਯੂ। ਟਾਈਗਰ ਕੁੱਤਿਆ ਹਟ, ਆ ਦੇਖ ਲਓ ਇਹਨੂੰ, ਇਹਨੂੰ ਚਾਹ ਚੜ ਗਿਆ, ਫੇਰ ਚੜ ਗਿਆ, ਚਾਹ ਚੜ ਗਿਆ, ਚੜ ਗਿਆ ਚਾਹ, ਦੱਸ ਦਿੱਤਾ ਮੈਂ। ਮੈਂ ਕਿਹਾ ਚਾਹ ਅੜ ਜਾ, ਆ ਲਓ ਤਾਂ ਦੇਖੋ ਸਹੀ ਦਾ ਲਓ। ਇਹ ਨਹੀਂ ਆ ਫੋਨ, ਇਹ ਨਹੀਂ ਹਟਦਾ, ਇਹ ਨਹੀਂ ਹਟਦਾ ਚੂਹਾ। ਚੱਲ ਚੱਲ ਚੱਲ, ਹਟ ਜਾ ਹਟ ਜਾ। ਹਾਂਜੀ ਬਾਬਿਓ, ਘਰ ਗਿਆ ਪਹੁੰਚ, ਬੁਰਾ ਹਾਲ ਆ। ਬਸ ਹੁਣ ਰੈਸਟ ਕਰੀਏ, ਬਸ ਹੋ ਗਈ ਆ ਗੱਡੀ ਲਾ ਕੇ ਪਾਰਕਿੰਗ ਨਾ ਆਪਣੀ, ਅਤੇ ਬਸ ਫਿਰ ਰੈਸਟ ਹੀ ਆ। ਓਕੇ ਮੇਰਾ ਵੀਰ, ਸਾਰਿਆਂ ਨੂੰ ਲਵ ਯੂ ਆ। ਜਿਹੜੇ ਚੈਨਲ 'ਤੇ ਨਵੇਂ ਆ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਮਿਲਦੇ ਹਾਂ ਜਲਦੀ ਨਵੇਂ ਬਲੌਗ ਨਾਲ, ਘੈਂਟ ਜਿਹੇ ਨਾਲ।